ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਸਵਰਗਵਾਸੀ ਪਿਤਾ ਸਰਦਾਰ ਸੰਤੋਖ ਸਿੰਘ ਰੰਧਾਵਾ ਦੀ ਸਾਲਾਨਾ ਬਰਸੀ ਬੀਤੇ ਦਿਨੀ ਪਿੰਡ ਧਾਰੋਵਾਲੀ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਗਈ। ਇਸ ਮੌਕੇ ਜਿੱਥੇ ਜ਼ਿਲ੍ਹੇ ਅਤੇ ਪੰਜਾਬ ਭਰ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਹਿੱਸਾ ਲਿਆ, ਉੱਥੇ ਨਾਲ ਹੀ ਸਰਦਾਰ ਸੰਤੋਖ ਸਿੰਘ ਰੰਧਾਵਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਨੀਲ ਜਾਖੜ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। ਇਸ ਮੌਕੇ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਬਾਅਦ ਵਿੱਚ ਵੱਖ ਵੱਖ ਰਾਗੀ ਜਥਿਆਂ ਵੱਲੋਂ ਗੁਰਬਾਣੀ ਦੇ ਰਸਪੇ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਵੀ ਕੀਤਾ ਗਿਆ। ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਆਪਣੇ ਪਿਤਾ ਸਰਦਾਰ ਸੰਤੋਖ ਸਿੰਘ ਰੰਧਾਵਾ ਦੀ ਇਹ ਬਰਸੀ ਹਰ ਸਾਲ ਹੀ ਇਸੇ ਤਰ੍ਹਾਂ ਹੀ ਮਨਾਈ ਜਾਂਦੀ ਹੈ। ਸਾਹਿਬ ਨੇ ਰਾਜਨੀਤੀ ਵਰਗੇ ਚਿੱਕੜ 'ਚ ਰਹਿ ਕੇ ਵੀ ਕਮਲ ਵਾਂਗੂ ਖਿਲ ਕੇ ਆਦਰਸ਼ ਜਿਹੜੇ ਉਹਨਾਂ ਦੇ ਸੀ, ਜਿਹੜੇ ਸਿਧਾਂਤਾਂ 'ਤੇ ਲੜੇ ਹੈ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਅੱਜ ਉਹਨਾਂ ਦੇ ਬੇਟੇ ਸੁਖਜਿੰਦਰ ਰੰਧਾਵਾ ਜੀ ਉਸੇ ਮਾਰਗ 'ਤੇ ਚੱਲ ਕੇ ਸੱਚਾਈ ਦੀ, ਇਮਾਨਦਾਰੀ ਦੀ ਅਤੇ ਸਰਬੱਤ ਦੇ ਭਲੇ ਦੀ ਲੜਾਈ ਲੜ ਰਹੇ। ਇਸ ਕਰਕੇ ਅੱਜ ਉਹਨਾਂ ਦੇ ਉਸ ਮਾਰਗ ਜਿਹੜਾ ਉਹਨਾਂ ਨੂੰ ਦਰਸਾਇਆ ਸੀ ਉਹ ਇੱਥੇ ਸ਼ਰਧਾਂਜਲੀ ਦੇਣ ਆਈ। ਪ੍ਰਤਾਪ ਬਾਜਵਾ ਦੀ ਗੱਲ ਕੀਤੀ, ਮੈਂ ਕੱਲ੍ਹ ਵੀ ਆਈ ਅਰਜ਼ ਕੀਤੀ ਸੀ ਵੀ ਬਾਜਵਾ ਸਾਹਿਬ ਨੂੰ ਆਪ ਪ੍ਰਧਾਨ ਰਹੇ ਹੈ ਅਤੇ ਉਹ ਕਿਸੇ ਟਾਈਮ ਵੀ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ, ਅਗਰ ਉਹਨਾਂ ਦੇ ਕੋਈ ਖਦਸ਼ੇ ਹੈ, ਕੋਈ ਚਿੰਤਾ ਹੈ ਪਾਰਟੀ ਦੇ ਮੈਨੀਫੈਸਟੋ ਨੂੰ ਲੈ ਕੇ, ਮੁੱਖ ਮੰਤਰੀ ਸਾਹਿਬ ਨਾਲ ਜਾ ਕੇ ਬੈਠ ਕੇ ਗੱਲ ਕਰ ਲੈਣ ਤਾਂ ਬਿਹਤਰ ਰਹੂਗਾ। ਸਰ, ਇੱਕ ਕੱਲ੍ਹ ਸੰਸਦ ਮੀਟਿੰਗ ਹੋਈ ਹੈ ਅਤੇ ਸਾਂਸਦ ਬਹੁਤ ਘੱਟ ਆਏ, ਉਹਦੇ 'ਚ ਸਿਰਫ ਚਾਰ ਹੀ ਸਾਂਸਦ ਪਹੁੰਚੇ, ਇੱਥੋਂ ਤੱਕ ਕਿ ਕਾਂਗਰਸ ਦੇ ਸਾਂਸਦ ਨਹੀਂ ਪਹੁੰਚ ਸਕੇ। ਸਰ, ਕੀ ਕਹਿਣਾ ਚਾਹੁੰਦੇ? ਮੈਂ ਉਸੇ ਕਰਕੇ ਬੇਨਤੀ ਕੀਤੀ ਹੈ ਵੀ ਉਹ ਜਿਹੜਾ ਮੀਟਿੰਗ ਸੀਗੀ ਉਹ ਪੰਜਾਬ ਦੇ ਭਲੇ ਵਾਸਤੇ ਸੀ, ਇਕੱਲੇ ਕਾਂਗਰਸ ਦੀ ਨਹੀਂ, ਕਿਸੇ ਪਾਰਟੀ ਦੀ ਨਹੀਂ, ਇਕੱਲੇ ਇੱਕ ਵਿਅਕਤੀ ਦੀ ਨਹੀਂ, ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਨਹੀਂ, ਪੰਜਾਬ ਵਾਸਤੇ ਮੀਟਿੰਗ ਰੱਖੀ ਸੀ ਤਾਂ ਕਿ ਕੇਂਦਰ ਸਰਕਾਰ ਤੋਂ ਜਾ ਕੇ ਪੰਜਾਬ ਦੇ ਹੱਕਾਂ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਮਦਦ ਉੱਥੋਂ ਲੈ ਕੇ ਆਈ ਜਾ ਸਕੇ। ਜਿਹੜੇ ਐਮ ਪੀ ਸਾਹਿਬਾਨ ਨਹੀਂ ਪਹੁੰਚ ਸਕੇ, ਮੈਂ ਤਾਂ ਇੰਨੀ ਬੇਨਤੀ ਕਰੂੰਗਾ ਵੀ ਅਗਲੀ ਵਾਰੀ ਧਿਆਨ ਕਰਕੇ, ਕਿਉਂਕਿ ਇਹ ਮੁੱਦਾ ਪੰਜਾਬ ਦਾ ਹੈ, ਕਿਸੇ ਇੱਕ ਵਿਅਕਤੀ ਦਾ ਨਹੀਂ, ਕਿਸੇ ਇੱਕ ਦੀ ਹੋਣ ਦਾ ਮਸਲਾ ਨਹੀਂ ਪੰਜਾਬ ਦਾ। ਕੀ ਕਹਿਣਾ ਚਾਹੂੰਗਾ ਕਿ ਜ਼ਿੰਦਗੀ ਬੰਦਾ ਐਸੀ ਬਣਾਵੇ ਕਿ ਜਾਣ ਤੋਂ ਬਾਅਦ, ਸਰੀਰ ਛੱਡਣ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜਿਉਂਦਾ ਰਹੇ। ਇਹ ਕਰਮਾਂ ਨਾਲ ਹੋ ਸਕਦਾ, ਇਹ ਸੋਚ ਨਾਲ ਹੋ ਸਕਦਾ, ਇਹ ਵਿਚਾਰਧਾਰਾ ਨਾਲ ਹੋ ਸਕਦਾ, ਔਰ ਸਭ ਤੋਂ ਵੱਡੀ ਗੱਲ ਇਹ ਧਰਮ ਨਾਲ ਹੋ ਸਕਦਾ। ਧਰਮ ਭੁੱਖਿਆਂ ਨੂੰ ਰਜਾਉਂਦਾ ਹੈ, ਰੋਂਦਿਆਂ ਨੂੰ ਹਸਾਉਂਦਾ ਹੈ, ਸਮਾਜ ਦੀ ਰਾਹ ਦੇ ਹਰ ਰੋੜੇ ਨੂੰ ਹਟਾਉਂਦਾ, ਉੱਜੜਿਆਂ ਨੂੰ ਵਸਾਉਂਦਾ, ਤਾਂ ਜਾ ਕੇ ਕੋਈ ਦਿਲਾਂ ਦੇ ਉੱਤੇ। ਨਿਊਜ਼ ਡੈਸਕ ਤੋਂ ਡਾਕਟਰ ਜਿੰਦਰ ਸਿੰਘ ਤੇ ਬਟਾਲਾ ਤੋਂ ਸੁਖਬੀਰ ਸਿੰਘ ਦੇ ਨਾਲ, ਡੇਰਾ ਬਾਬਾ ਨਾਨਕ ਤੋਂ ਗੁਰਕਿਰਪਾਲ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।